ਇਹਨਾਂ ਬਰਾਦਰਾਂ ਨੂੰ ਕਜੇਲੀਆ ਅਫਰੀਕਾ ਦਾ ਵਾਈਲਡ ਫਰੂਟ ਹੈ। ਇਹਦੇ ਉੱਤੇ ਬੜਾ ਲਾਲ ਸੁਰਖ ਜਿਹਾ ਫੁੱਲ ਲੱਗਦਾ ਔਰ ਇਸ ਦਾ ਜਿਹੜਾ ਫਲ ਹੈ ਨਾ ਉਹ ਤਕਰੀਬਨ 1.5 ਤੋਂ 2 ਫੁੱਟ ਬਣਦਾ। ਬੜਾ ਜ਼ਬਰਦਸਤ ਕਿਸਮ ਦਾ ਸਕਿਨ ਵਾਸਤੇ ਖਾਸ ਕਰਕੇ ਉਸ ਦਾ ਇਸਤੇਮਾਲ ਹੁੰਦਾ, ਕਾਲੇ ਉਸਦਾ ਇਸਤੇਮਾਲ ਕਰਦੇ ਨੇ ਅਤੇ ਫੁੱਲ ਬੜਾ ਦੀਦਾ ਜ਼ੇਬ ਹੁੰਦਾ। ਹੁਣ ਇਹ ਪੌਦੇ ਤੁਸੀਂ ਹਾਈਟ ਦੇਖੋ ਤਕਰੀਬਨ 20-25 ਫੁੱਟ ਹੋਈ ਖੜੀ, ਹਾਲੇ ਫਲਾਵ ਰੰਗ ਤਾਂ ਨਹੀਂ ਆ, ਲੇਕਿਨ ਸਰਗੋਧਾ ਯੂਨੀਵਰਸਿਟੀ 'ਚੋਂ ਇੱਕ ਪੌਦਾ ਹੈ ਜਿਹੜਾ ਫਲ ਦੇ ਰਿਹਾ ਇਸ ਦਾ। ਅਤੇ ਇਹ ਜ਼ਬਰਦਸਤ ਕਿਸਮ ਦਾ ਫਰੂਟ ਬਣਦਾ, ਤਕਰੀਬਨ 1.5 ਤੋਂ 2 ਫੁੱਟ ਤੱਕ ਇਸ ਦਿਨ ਲੰਬਾਈ ਹੁੰਦੀ, ਮਤਲਬ ਉਸਦੀ ਸ਼ੇਪ ਲੰਬੇ ਰੁੱਖ 'ਚ ਹੁੰਦੀ, ਲੰਬੇ ਰੁੱਖ 'ਚ ਹੁੰਦੀ, ਲੰਬੇ ਰੁੱਖ 'ਚ ਹੁੰਦੀ। ਜਿਸ ਤਰ੍ਹਾਂ ਮਤਲਬ ਸਮਝੋ ਨਾ ਆਪਣੀ ਦੇਸੀ ਤੋਰੀ ਮੋਟੀ ਹੋ ਜਾਏ ਨਾ ਤਾਂ ਬਿਲਕੁਲ ਸ਼ੇਪ ਹੀ ਔਰ ਇਸ ਦਾ ਗ੍ਰੇ ਕਲਰ ਦਾ ਫਰੂਟ ਬਣਦਾ। ਇਹ ਕਿਤਨੇ ਅਰਸੇ ਫਰੂਟ ਲੈਂਦਾ? ਇਹ ਹੁਣ ਦੇਖੋ ਜੀ ਇਹ 5-6-7 ਸਾਲ ਦੇ ਪੌਦੇ ਹੋਏ ਖੜੇ, ਹਾਲੇ ਇਹਨਾਂ ਫਰੂਟ ਆਇਆ ਨਹੀਂ। ਉਮੀਦ ਹੈ ਕਿ ਅਗਲੇ ਸਾਲ ਨੂੰ ਇਹ ਮਾਰਚ ਵਿੱਚ ਨਾ ਫਲਾਵ ਰੰਗ 'ਤੇ ਆ ਜਾਣਗੇ। ਨਾਜ਼ਰੀਨ, ਮੁਸਲਸਲ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਉਹਨਾਂ ਦੇ ਖੇਤ ਦੇ ਵਿੱਚ ਰਹਿਣ ਦੇ ਬਾਵਜੂਦ ਅਸੀਂ ਇਸ ਸਾਰੀ ਚੀਜ਼ ਨੂੰ ਕਵਰ ਨਹੀਂ ਕਰ ਸਕੇ ਜਿੱਥੇ ਉਹਨਾਂ ਨੇ ਪੌਦੇ ਅਤੇ ਬੂਟੇ ਲਾਏ ਹੋਏ ਹਨ। ਅਸੀਂ ਫਿਰ ਡਿਸਾਈਡ ਕੀਤਾ ਕਿ ਅਸੀਂ ਦੁਬਾਰਾ ਫਿਰ ਆਵਾਂਗੇ, ਇਹਨਾਂ ਦੇ ਕੋਲ ਇੰਟਰਵਿਊ ਕਰਾਂਗੇ, ਪ੍ਰੋਪਰ ਪੂਰੀ ਇੱਕ ਡਾਕੂਮੈਂਟਰੀ ਬਣਾਵਾਂਗੇ। ਹੁਣ ਅਸੀਂ ਇਹਨਾਂ ਕੋਲ ਕੁਝ ਇਸ ਤਰ੍ਹਾਂ ਦੀ ਮਾਲੂਮਾਤ ਲੈਣਾ ਜਿਹੜੀ ਸਾਡੇ ਜ਼ਰੂਰਤ ਵਾਸਤੇ, ਸਾਡੇ ਫਾਇਦੇ ਵਾਸਤੇ ਹੈ। ਉਹ ਇਹ ਹੈ ਕਿ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਕਿ ਜਿੰਨੇ ਵੀ ਬੂਟੇ ਨੇ ਸਾਨੂੰ ਦੱਸੇ ਜਾਂ ਪੌਦੇ ਦੱਸੇ, ਆਇਆ ਉਹ ਸੇਲ ਕਰਦੇ ਹਨ, ਉਹਨਾਂ ਨੂੰ ਸੇਲ ਕਰਨ ਦਾ ਤਰੀਕਾਕਾਰ ਕੀ ਹੈ ਜਾਂ ਉਸਨੂੰ ਕਿਸ ਤਰ੍ਹਾਂ ਅਸੀਂ ਆਪਣੇ ਤਰੀਕੇ ਨਾਲ ਯੂਟੀਲਾਈਜ਼ ਕਰ ਸਕਦੇ ਹਾਂ। ਜੀ ਸਰ, ਦੱਸੋ ਸਰ ਜੀ। ਮੇਰੇ ਕੋਲ ਨਾ ਅਜੀਤ, ਮੈਂ ਤਕਰੀਬਨ ਜਿਤਨੇ ਤੁਹਾਨੂੰ ਪੌਦੇ ਦਿਖਾਏ ਨਾ ਉਹ ਬਗੀਚੇ 'ਚੋਂ ਮੇਰੀ ਸ਼ੌਕ, ਇੱਕ ਏਕੜ ਦੇ ਵਿੱਚ ਮੈਂ ਮਲਟੀਪਲ ਕੁਛ ਜ਼ਮੀਨ ਦੇ ਸਾਈਡਾਂ 'ਤੇ ਵੀ ਲਾਇਆ ਅਤੇ ਇਹਨਾਂ 'ਚੋਂ ਮੇਰੇ ਕੋਲ ਪੌਦੇ ਕਾਫੀ ਜਿਹੜੇ ਨਾ ਅਵੇਲੇਬਲ ਹੈਗੇ। ਅਤੇ ਜੋ ਟਰੀ ਪਲਾਂਟਸ ਨੰਬਰ 1 ਦਾ ਤੁਹਾਨੂੰ ਦੱਸਦੇ ਹਾਂ ਕਿ ਮੋਹਾਗਨੀ ਅਫਰੀਕਾ ਦਾ ਹਾਰਡਵੁੱਡ ਲੱਕੜੀ, ਬਹੁਤ ਹੀ ਕੀਮਤੀ, ਤਕਰੀਬਨ 12-13 ਹਜ਼ਾਰ ਫੁੱਟ ਲੱਕੜੀ ਦਾ ਇਹ ਰੇਟ ਹੈ ਇਸ ਟਾਈਮ। ਪਾਕਿਸਤਾਨ ਵਿੱਚ ਇੰਪੋਰਟ ਹੋ ਕੇ ਅਫਰੀਕਾ 'ਚੋਂ ਆਉਂਦੀ, ਉਸ ਦੇ ਪੌਦੇ ਅਵੇਲੇਬਲ ਹੈਗੇ। ਵਾਈਟ ਸੰਦਲ ਦੇ ਪੌਦੇ ਜਿਹੜੇ ਨੇ ਉਹ ਅਵੇਲੇਬਲ ਹੈਗੇ। ਰੈੱਡ ਸੰਦਲ ਦੀ 2 ਵਰਾਇਟੀ ਹਨ, ਰੈੱਡ ਸੀਦਰ ਆਸਟ੍ਰੇਲੀਆ ਦਾ ਸੰਦਲ ਉਸ ਦੇ ਪੌਦੇ ਹੈਗੇ, ਵਾਈਟ ਸਾਗਵਾਨ ਬਰਮਾ ਦਾ ਔਰ ਰੈੱਡ ਸਾਗਵਾਨ ਬਰਮਾ ਦਾ, ਇਹ ਮੇਰੇ ਕੋਲ ਟਰੀ ਪਲਾਂਟ 'ਚ ਹੈਗੇ। ਬਾਕੀ ਮੇਰੇ ਕੋਲ ਤਾਈਵਾਨ ਦਾ ਪਿੰਕ ਗੋਵਾ ਅਮਰੂਦ, ਮਿੱਠਾ ਵੀ ਹੈ, ਸੀਡ ਵੀ ਕਮ ਔਰ ਇਸਦਾ ਅੰਦਰ ਦਾ ਬੜਾ ਬਿਲਕੁਲ ਗੁਲਾਬ ਦੀ ਤਰ੍ਹਾਂ ਖੂਬਸੂਰਤ, ਜ਼ਬਰਦਸਤ, ਅਟਰੈਕਟਿਵ ਕਿਸਮ ਦਾ ਫਰੂਟ ਹੈ। ਉਸ ਦੇ ਪੌਦੇ ਵੀ ਆਪਣੇ ਕੋਲ ਅਵੇਲੇਬਲ ਹੈਗੇ। ਰਸਬੈਰੀ ਦੇ ਉਸਦੇ ਲਿਮਿਟਡ ਪੌਦੇ ਇਸ ਮਕਦਰ ਰਹਿ ਗਏ, ਕਾਫੀ ਪੌਦੇ ਸੀ ਸੇਲ ਹੋ ਗਏ। ਔਰ ਉਸ ਤੋਂ ਇਲਾਵਾ ਮਕਦੂਨੀਆ ਨਟ, ਨਟ ਦੀ ਵਰਾਇਟੀ ਸਭ ਕੁਝ ਕੀਮਤੀ ਹੁੰਦਾ, ਉਸਦੇ ਪੌਦੇ ਮੇਰੇ ਕੋਲ। ਇੱਕ ਅਮਰੂਲਾ ਫਰੂਟ ਹੈ ਅਫਰੀਕਾ ਦਾ, ਉਸਦੇ ਪੌਦੇ ਅਵੇਲੇਬਲ ਹਨ। ਔਰ ਉਸ ਤੋਂ ਇਲਾਵਾ ਸੀਦਰ ਬੇਚੈਰੀ ਦੇ ਪੌਦੇ ਹਨ, ਤੁਸੀਂ ਤਸਵੀਰ ਵੀ ਬਣਾਇਆ ਉਹ ਦੇਖ ਵੀ ਆਏ, ਔਰ ਲਾਲ ਕਲਰ ਦਾ ਫਰੂਟ ਹੁੰਦਾ। ਔਰ ਉਸ ਤੋਂ ਬਾਅਦ ਸਾਡੇ ਕੋਲ ਅਮਰੀਕਨ ਬਿਊਟੀ ਬੈਰੀ, ਐਲਡਰ ਬੈਰੀ, ਬਾਰਬਡੂਸ ਚੈਰੀ, ਮਿੰਨੀ ਬਾਰਬਡੂਸ ਚੈਰੀ, ਇਹਨਾਂ ਦੇ ਪੌਦੇ ਹੈਗੇ। ਗੋਲਡਨ ਕਸਟਰਡ ਐਪਲ ਅਨੋਨਾ ਵੀਅਤਨਾਮ ਦਾ, ਉਸ ਦੇ ਪੌਦੇ ਅਵੇਲੇਬਲ ਹਨ ਸਾਡੇ ਕੋਲ। ਔਰ ਉਸ ਤੋਂ ਇਲਾਵਾ ਸਾਡੇ ਕੋਲ ਦੂਸਰੇ, ਅੱਲਾ ਤੁਹਾਡਾ ਭਲਾ ਕਰੇ, ਇਮਲੀ ਦੇ ਪੌਦੇ ਹੈਗੇ, ਬਿਲਗਿਰੀ ਦੇ ਪੌਦੇ ਹੈਗੇ ਸਾਡੇ ਕੋਲ, ਲੁਕਾਟ ਦੇ ਹੈਗੇ, ਚੈਰੀ ਪਲਮ ਹੈਗਾ, ਐਨਾ ਐਪਲ ਹੈਗਾ, ਫਿੰਗਰ ਦੀ 4-5 ਵਰਾਇਟੀਆਂ, ਰੈੱਡ ਸੈਂਟਰ ਲਾਈਮ, ਫਿੰਗਰ ਲਾਈਮ, ਕੈਫਰ ਲਾਈਮ ਔਰ ਬੁੱਧਾ ਲਾਈਮ, ਕੈਲੀਫੋਰਨੀਆ ਦਾ ਸੀਡਲੈਸ ਲੈਮਨ, ਇਸ ਦੀ ਲਾਈਮ ਦੀਆਂ ਵਰਾਇਟੀਆਂ ਵੀ ਸਾਡੇ ਕੋਲ ਅਵੇਲੇਬਲ ਹਨ। ਔਰ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਜੈਕ ਫਰੂਟ ਦੀ 3 ਮੇਰੇ ਕੋਲ ਵਰਾਇਟੀਆਂ, ਬੰਗਲਾਦੇਸ਼ ਦਾ ਓਰੀਜਨਲ ਗ੍ਰੀਨ ਵਾਲਾ ਔਰ ਯੈਲੋ ਵਾਲਾ, ਇਸ ਵਰਾਇਟੀ ਦੇ ਮੇਰੇ ਕੋਲ ਛੋਟੇ ਪੌਦੇ ਅਵੇਲੇਬਲ ਹਨ। ਐਵਾਕੈਡੋ ਦੀ 2-3 ਵਰਾਇਟੀਆਂ, ਯੁਗੰਡਾ ਦਾ ਵੀ ਹੈ, ਅਮੈਰੀਕਨ ਵਰਾਇਟੀ ਦੇ ਵੀ ਪੌਦੇ ਮੇਰੇ ਸੀਡ ਗਰੋਇੰਗ ਹੈ। ਔਰ ਦੂਸਰੇ ਆਪਣੇ ਕੈਲੀਫੋਰਨੀਆ ਲਾਂਗ, ਮਿਸਲੀਊਨ ਬਲਿਊ ਔਰ ਦੂਸਰਾ ਗ੍ਰੀਨ ਗੋਲਾ, ਇਹ ਵਰਾਇਟੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ। ਨਾਜ਼ਰੀਨ, ਅਸੀਂ ਖੁਦ ਜਾ ਕੇ ਇਹ ਚੀਜ਼ ਅਬਜ਼ਰਵ ਕੀਤੀ ਕਿ ਇਹਨਾਂ ਦਾ ਜਿਹੜਾ ਨਿਜ਼ਾਮ ਬਣਿਆ ਬਹੁਤ ਵੱਡਾ ਹੈ। ਤੁਹਾਨੂੰ ਕਿਸੇ ਵੀ ਕਿਸਮ ਦਾ ਪੌਦਾ ਚਾਹੀਦਾ ਹੋਵੇ, ਕੋਈ ਬੂਟਾ ਚਾਹੀਦਾ ਹੋਵੇ, ਤੁਸੀਂ ਬਰਾਏ ਰਾਸ ਕੋਂਟੈਕਟ ਕਰ ਸਕਦੇ ਹੋ, ਨੰਬਰ ਤੁਹਾਨੂੰ ਸਕਰੀਨ 'ਤੇ ਮਿਲ ਜਾਏਗਾ, ਸਕਰੀਨ 'ਤੇ ਆ ਰਿਹਾ ਹੋਏਗਾ, ਤੁਸੀਂ ਰਾਬਤਾ ਕਰੋ। ਔਰ ਅਗਰ ਕੋਈ ਪੌਦਾ ਅਵੇਲੇਬਲ ਨਹੀਂ ਹੈ, ਤੁਸੀਂ ਇਹਨਾਂ ਨੂੰ ਰਿਕੁਐਸਟ ਕਰੋ, ਇਹ ਤੁਹਾਨੂੰ ਸਪੈਸ਼ਲੀ ਮੰਗਵਾ ਕੇ ਵੀ ਦੇਣਗੇ। ਅੱਜ ਦੀ ਇਸ ਵੀਡੀਓ ਵਾਸਤੇ ਵਿੱਚ ਇਤਨਾ ਹੀ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਜੀ। ਆਪਣਾ ਅਤੇ ਆਪਣੇ ਮੁਲਕ ਦਾ ਢੇਰ ਸਾਰਾ ਖਿਆਲ ਰੱਖਿਓ। ਪਾਕਿਸਤਾਨ ਜ਼ਿੰਦਾਬਾਦ।